ਇੱਕ ਮਹਾਂਪੁਰਸ਼ ਦਾ ਕਲਾਮ ਚੇਤੇ ਆ ਗਿਆ। ਬਾਬਾ ਫਰੀਦ ਕਹਿੰਦੇ ਨੇ, ਬਾਹਰ ਪਰਾਈਏ ਬੈਸਣਾ ਸਾਈਂ ਮੁਝੇ ਨਾ ਦੇ, ਮੈਂ ਤੇਰੇ ਦਰ ਤੋਂ ਇਲਾਵਾ ਕਿਸੇ ਹੋਰ ਦੇ ਦਰ ਤੇ ਨਹੀਂ ਬੈਠਣਾ, ਮੈਂ ਤੇਰੀ ਸ਼ਰਨ ਤੋਂ ਇਲਾਵਾ ਮੈਂ ਕਿਸੇ ਹੋਰ ਦੀ ਸ਼ਰਨ ਨਹੀਂ ਜਾਣਾ। ਜੇ ਕਿਧਰੇ ਐਸੀ ਕੋਈ ਮਜਬੂਰੀ ਹੋ ਗਈ, ਦੂਜੇ ਦੀ ਸ਼ਰਨੀ ਜਾਣਾ ਪਿਆ, ਫਿਰ ਪ੍ਰਭੂ ਮੇਰੀ ਇਹ ਦੁਆ ਹੋਵੇਗੀ, ਐ ਖੁਦਾ ਮੇਰੀ ਅਰਦਾਸ ਹੋਵੇਗੀ, ਤੂੰ ਮੇਰੇ ਸਰੀਰ ਚੋਂ ਜਿੰਦ ਕੱਢ ਲਈ, ਮੈਂ ਦੂਜੇ ਦੇ ਦਰ ਤੇ ਨਹੀਂ ਬੈਠਣਾ ਚਾਹੁੰਦਾ, ਮੈਂ ਦੂਜੇ ਦੇ ਦਰਵਾਜ਼ੇ ਤੇ ਨਹੀਂ ਬੈਠਣਾ ਚਾਹੁੰਦਾ। ਇੱਕ ਹੋਰ ਮਹਾਂਪੁਰਸ਼ ਦਾ ਬੋਲ ਸੁਣ ਲਓ, ਉਹ ਕਹਿੰਦਾ, ਗਰਦਿਸ਼ੇ ਗਰਦੋਂ ਗਰਦਾਂ ਗੁਰਦਗਾਰਾ ਗਰਦ ਕਰ। ਅਸੀਂ ਕਹਿੰਦੇ ਹਾਂ ਇਹਦੇ ਦਿਨ ਚੰਗੇ ਨਹੀਂ, ਅਤੇ ਈਰਾਨ ਦੇ ਵਿੱਚ ਕਹਿੰਦੇ ਨੇ ਇਹਦੇ ਉੱਤੇ ਆਸਮਾਨੀ ਗਰਦਿਸ਼ ਪੈ ਗਈ ਹੈ, ਇਹਦੇ ਉੱਤੇ ਆਸਮਾਨੀ ਗਰਦਿਸ਼ ਠੀਕ ਨਹੀਂ ਹੈ। ਗਰਦਿਸ਼ੇ ਗਰਦੋਂ ਗਰਦਾਂ ਗੁਰਦਗਾਰਾ ਗਰਦ ਕਰ। ਜਦ ਆਸਮਾਨੀ ਗਰਦਿਸ਼ ਪੈਂਦੀ ਹੈ ਤਾਂ ਜਿਹੜੇ ਪਹਾੜ ਨੇ ਉੱਚੇ ਉੱਚੇ ਉਹ ਵੀ ਗਰਦ ਹੋ ਜਾਂਦੇ ਨੇ, ਖਾਕ ਹੋ ਜਾਂਦੇ ਨੇ, ਮਿੱਟੀ ਹੋ ਜਾਂਦੇ, ਕੁਛ ਵੀ ਨਹੀਂ ਰਹਿੰਦੇ, ਪਹਾੜਾਂ ਦੀ ਹਸਤੀ ਵੀ ਮਿੱਟ ਜਾਂਦੀ ਹੈ। ਪਹਾੜ ਜੈਸੇ ਉੱਚੇ, ਪਹਾੜ ਜੈਸੇ ਦੂਰੋਂ ਦਿਸਣ ਵਾਲੇ, ਪਹਾੜ ਜਿਤਨੀ ਮਾਨਤਾ ਰੱਖਣ ਵਾਲੇ ਵੀ ਖਾਕ ਹੋ ਜਾਂਦੇ ਨੇ, ਮਿੱਟੀ ਹੋ ਜਾਂਦੇ ਨੇ, ਜਦ ਆਸਮਾਨੀ ਗਰਦਿਸ਼ ਪੈਂਦੀ ਹੈ। ਗਰਦਿਸ਼ੇ ਗਰਦੋਂ ਗਰਦਾਂ ਗੁਰਦਗਾਰਾ ਗਰਦ ਕਰ, ਬਰਸਰੇ ਅਹਿਲੇ ਤਮੀਜ਼ਾਂ ਨਾ ਕਸਾਰਾ ਮਰਦ ਕਰ। ਕਹਿੰਦੇ ਜਿਹੜੇ ਅਹਿਲੇ ਤਮੀਜ਼ ਬੰਦੇ ਨੇ, ਅਕਲਮੰਦ ਨੇ, ਬਹੁਤ ਸੂਝਵਾਨ ਨੇ, ਸਿਆਣੇ ਨੇ, ਆਸਮਾਨੀ ਗਰਦਿਸ਼ ਜਦ ਚੱਲਦੀ ਹੈ ਉਹ ਮੂਰਖਾਂ ਦੇ ਅਧੀਨ ਹੋ ਜਾਂਦੇ ਨੇ, ਉਹ ਮੂਰਖਾਂ ਦੇ ਗੁਲਾਮ ਹੋ ਜਾਂਦੇ ਨੇ, ਬੇਵਕੂਫਾਂ ਦੇ ਗੁਲਾਮ ਹੋ ਜਾਂਦੇ ਨੇ, ਉਹਨਾਂ ਸਿਆਣਿਆਂ ਦੀ ਅਕਲ ਨੂੰ ਫਿਰ ਬੇਵਕੂਫ ਆਪਣੀ ਬੇਵਕੂਫੀ ਨਾਲ ਚਲਾਉਂਦੇ ਨੇ। ਬਰਸਰੇ ਅਹਿਲੇ ਤਮੀਜ਼ਾਂ, ਬੜੀ ਕੀਮਤੀ ਗੱਲ ਕਹੀ ਹੈ, ਅਹਿਲੇ ਤਮੀਜ਼ ਸਮਝਦਾਰ, ਸੂਝਵਾਨ, ਦੂਰਦ੍ਰਿਸ਼ਟ, ਗਹਿਰ ਗੰਭੀਰ। ਬਰਸਰੇ ਅਹਿਲੇ ਤਮੀਜ਼ਾਂ ਨਾਕਸਾਰਾ ਮਰਦ ਕਰ, ਜਿਹੜੇ ਨਾਕਸ ਬੰਦੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ, ਅਹਿਲੇ ਤਮੀਜ਼ ਉਹਨਾਂ ਦੇ ਅਧੀਨ ਹੋ ਜਾਂਦੇ ਨੇ, ਮਜਬੂਰ ਹੋ ਜਾਂਦੇ ਨੇ। ਤੀਸਰੀ ਪੰਕਤੀ, ਮਨ ਮੈਂ ਗੋਇਮ ਕੇ ਗਰਦਿਸ਼ ਸਰਗਰਦਾਮ ਕੁਣ, ਮੈਂ ਤੈਨੂੰ ਖੁਦਾ ਇਹ ਨਹੀਂ ਆਖਦਾ ਕਿ ਤੂੰ ਮੈਨੂੰ ਗਰਦਿਸ਼ ਦਿਸ਼ ਨਾ ਪਾ, ਮੈਂ ਐਸਾ ਨਹੀਂ ਆਖਿਆ। ਬੜੀ ਹਿੰਮਤ ਦੀ ਗੱਲ ਹੈ, ਮਨ ਮੈਂ ਗੋਇਮ, ਮੈਂ ਨਹੀਂ ਕਹਿੰਦਾ ਕਿ ਤੂੰ ਮੈਨੂੰ ਗਰਦਿਸ਼ ਦਿਸ਼ ਨਾ ਪਾ, ਮੈਨੂੰ ਦੁੱਖ ਨਾ ਦੇ, ਮੈਨੂੰ ਪਰੇਸ਼ਾਨ ਨਾ ਕਰ, ਮੈਂ ਇਸ ਤਰ੍ਹਾਂ ਦੀ ਜੋਦੜੀ ਨਹੀਂ ਕਰਦਾ। ਮਨ ਮੈਂ ਗੋਇਮ ਕੇ ਗਰਦਿਸ਼ ਸਰਗਰਦਾਮ ਕੁਨ, ਤੂੰ ਮੇਰੇ ਸਿਰ ਤੇ ਆਸਮਾਨੀ ਗਰਦਿਸ਼ ਨਾ ਪਾਵੇਂ, ਮੈਂ ਐਸਾ ਤੈਨੂੰ ਕਹਿੰਦਾ ਹੀ ਨਹੀਂ। ਹਰ ਚੇ ਖਵਾਹੀ ਕੁਨ, ਜੋ ਤੇਰਾ ਦਿਲ ਕਰੇ ਉਹ ਦੁੱਖ ਮੇਰੀ ਝੋਲੀ ਚ ਪਾ ਦੇ। ਬੜੀ ਹਿੰਮਤ ਦੀ ਗੱਲ ਹੈ, ਬਹੁਤ ਹਿੰਮਤ ਦੀ ਗੱਲ, ਜਿਹੜੀ ਗਰਦਿਸ਼ ਹੈ ਉਹ ਤੂੰ ਮੇਰੇ ਸਿਰ ਤੇ ਪਾ ਦੇ, ਜਿਹੜਾ ਕੱਲ ਕਲੇਸ਼ ਤੇ ਦੁੱਖ ਸੰਤਾਪ ਹੈ ਉਹ ਤੂੰ ਮੇਰੀ ਝੋਲੀ ਚ ਪਾ ਦੇ, ਜੋ ਤੇਰਾ ਜੀ ਕਰੇ ਉਹ ਦੁੱਖ ਮੇਰੇ ਝੋਲੀ ਦੇ ਚ ਪਾ ਦੇ। ਹਰ ਛੇ ਖਵਾਹੀ ਕੁਨ ਵਲੇ ਮੋਹਤਾਜ ਬੇਕਦਰਾਮ ਕੁਨ, ਪਰ ਮੈਨੂੰ ਬੇਕਦਰ ਬੰਦੇ ਦੇ ਦਰ ਤੇ ਨਾ ਬਿਠਾਵੀਂ, ਮੈਂ ਨਹੀਂ ਕਬੂਲ ਕਰਾਂਗਾ, ਬਾਕੀ ਸਭ ਕੁਛ ਕਬੂਲ ਕਰ ਲਵਾਂਗਾ। ਤੇਰੇ ਦਰ ਤੇ ਅਗਰ ਇਹ ਸਭ ਕੁਛ ਵੀ ਹੁੰਦਾ ਰਿਹਾ ਮੈਨੂੰ ਕਬੂਲ ਹੈ,
ਗਰਦਿਸ਼ ਵੀ ਕਬੂਲ, ਸਾਰੇ ਦੁੱਖ ਵੀ ਕਬੂਲ, ਸਾਰੇ ਕਲੇਸ਼ ਵੀ ਕਬੂਲ, ਪਰ ਮੈਨੂੰ ਦੂਸਰੇ ਦੇ ਦਰ ਤੇ ਬਿਠਾਇਆ ਇਹ ਬੈਠਣਾ ਮੈਨੂੰ ਕਬੂਲ ਨਹੀਂ ਹੋਵੇਗਾ, ਇਹ ਮੈਨੂੰ ਪ੍ਰਵਾਨ ਨਹੀਂ ਹੋਵੇਗਾ। ਰਾਬਿੰਦਰ ਨਾਥ ਟੈਗੋਰ ਦੀ ਮੈਂ ਪ੍ਰਾਰਥਨਾ ਪੜ੍ਹ ਰਿਹਾ ਸੀ ਇੱਕ ਦਿਨ। ਉਹ ਕਹਿੰਦਾ, ਹੇ ਪ੍ਰਭੂ, ਜਗਤ ਵਿੱਚ ਬੜਾ ਦੁੱਖ ਹੈ, ਬੜਾ ਦੁੱਖ ਹੈ, ਤੂੰ ਇੰਜ ਕਰ, ਇਹ ਸਾਰਿਆਂ ਕੋਲ ਦੁੱਖ ਲੈ ਲੈ ਤੇ ਮੇਰੇ ਝੋਲੀ 'ਚ ਪਾ ਦੇ, ਮੈਂ ਗਠੜੀ ਬਣ ਕੇ ਸਿਰ 'ਤੇ ਰੱਖ ਲਵਾਂ, ਇਹ ਸਾਰੀ ਮੇਰੀ ਗਠੜੀ 'ਚ ਦੁੱਖ ਪਾ ਦੇ, ਲੇਕਿਨ ਇੱਕੋ ਇੱਕ ਬੇਨਤੀ ਹੈ, ਮੈਨੂੰ ਚੁੱਕਣ ਦੀ ਸਮਰੱਥਾ ਦੇ ਦੇ। ਉਸ ਪੰਡ ਨੂੰ ਚੁੱਕਣ ਦੀ ਸਮਰੱਥਾ ਦੇ ਦੇ, ਜਿਹੜਾ ਦੁੱਖ ਸਹਿਣ ਹੋ ਸਕਦਾ ਉਹ ਦੁੱਖ ਦੁੱਖ ਹੀ ਨਹੀਂ ਹੈ, ਇਹ ਕਹਿ ਰਹੇ, ਮੈਨੂੰ ਚੁੱਕਣ ਦੀ ਸਮਰੱਥਾ ਵੀ ਦੇ ਦੇ ਕਿ ਜਦ ਚੁੱਕ ਲਿਆ ਤਾਂ ਦੁੱਖ ਦੁੱਖ ਹੀ ਨਹੀਂ, ਸਾਰੇ ਦੁੱਖ ਮੈਨੂੰ ਦੇ ਦੇ, ਪਰ ਚੁੱਕਣ ਦੀ ਸਮਰੱਥਾ ਵੀ ਦੇ ਦੇ, ਤਾਕਤ ਵੀ ਦੇ ਦੇ। ਇਹ ਫਕੀਰ ਕਹਿੰਦਾ, ਜੋ ਤੇਰਾ ਜੀ ਕਰੇ ਪ੍ਰਭੂ, ਉਹ ਕਲੇਸ਼, ਉਹ ਦੁੱਖ, ਉਹ ਸੰਤਾਪ ਮੇਰੀ ਝੋਲੀ 'ਚ ਪਾ, ਪਰ ਬੇਵਕੂਫ, ਬੇਕਦਰ, ਨਾਦਾਨ ਉਹਦੇ ਬੂਹੇ 'ਤੇ ਨਾ ਬਿਠਾ, ਇਹ ਮੈਨੂੰ ਕਬੂਲ ਨਹੀਂ ਹੋਵੇਗਾ, ਇਹ ਮੈਂ ਪ੍ਰਵਾਨ ਨਹੀਂ ਕਰ ਸਕਾਂਗਾ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਤੇਰਾ ਹੀ ਟਿਕਾਣਾ ਹੈ, ਇਸ ਤਰ੍ਹਾਂ ਦਾ ਹੋਰ ਕਿਧਰੇ ਵੀ ਨਹੀਂ। ਇਸ ਵਾਸਤੇ ਅਸੀਂ ਤੇਰੀ ਸ਼ਰਨ ਪਕੜੀਏ, ਤੇਰੇ ਦਰ 'ਤੇ ਬੈਠਣਾ ਕਬੂਲ ਹੈ, ਤੂੰ ਆਪਣੀ ਸ਼ਰਨ ਦੇ ਸਾਰਿਆਂ ਨੂੰ ਰੱਖ ਲੈਣਾ, ਤੂੰ ਐਸਾ ਸਮਰੱਥ ਵੀ ਹੈ। ਹਾਂਜੀ, ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਆ। ਇਸ ਵਾਸਤੇ ਹੱਥ ਜੋੜ ਕੇ ਅੱਠੇ ਪੈਰ ਉਸ ਪ੍ਰਭੂ ਦਾ ਚਿੰਤਨ ਕਰਨਾ ਚਾਹੀਦਾ, ਧਿਆਨ ਜੋੜਨਾ ਚਾਹੀਦਾ, ਜੋ ਸ਼ਰਨ ਯੋਗ ਹੈ ਤੇ ਸਮਰੱਥ ਹੈ। ਹਾਂਜੀ, ਧਿਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਕਿੰਦਿਆ ਪਾਈਆ। ਦਿਨ ਰਾਤ ਉਹ ਜਿਹੜਾ ਪ੍ਰਭੂ ਹੈ ਉਹਦੇ 'ਚ ਧਿਆਨ ਜੋੜਨਾ ਚਾਹੀਦਾ, ਫਿਰ ਮਨ ਜੋ ਕੁਛ ਚਾਹੁੰਦਾ ਪ੍ਰਾਪਤ ਹੋ ਜਾਂਦਾ, ਸਭ ਕੁਛ ਦੀ ਪ੍ਰਾਪਤੀ ਹੋ ਜਾਂਦੀ। ਹਾਂਜੀ, ਤਜ ਮਾਨ ਮੋਹ ਵਿਕਾਰ ਦੂਜਾ ਇੱਕ ਸਿਉ ਲਿਵ ਲਾਈਆ। ਇੱਕ ਦੇ ਨਾਲ ਆਪਣਾ ਚਿੱਤ ਜੋੜ, ਤਮਾਮ ਹੰਕਾਰ ਨੂੰ ਇੱਕ ਪਾਸੇ ਸੁੱਟ ਕੇ, ਮੋਹ ਨੂੰ ਇੱਕ ਪਾਸੇ ਸੁੱਟ ਕੇ। ਹਾਂਜੀ, ਅਰਪ ਮਨ ਤਨ ਪ੍ਰਭੂ ਆਗਾ ਆਪ ਸਗਲ ਮਿਟਾਈਆ। ਆਪਣੇ ਆਪ ਨੂੰ ਮਿਟਾ ਕੇ ਆਪਣਾ ਮਨ ਤੇ ਤਨ ਉਸ ਪ੍ਰਭੂ ਦੇ ਚਰਨਾਂ ਤੇ ਨਿਛਾਵਰ ਕਰਨਾ ਚਾਹੀਦਾ, ਉੱਥੇ ਰੱਖ ਦੇਣਾ ਚਾਹੀਦਾ। ਹਾਂਜੀ, ਬਿਨਵੰਤ ਨਾਨਕ ਥਾਰ ਕਿਰਪਾ ਸਾਚ ਨਾਮ ਸਮਾਈਆ। ਇਹ ਪ੍ਰਭੂ, ਕਿਰਪਾ ਕਰ, ਰਹਿਮਤ ਕਰ, ਤਾਂ ਕਿ ਸੱਚ ਨਾਮ ਦੇ ਸਮਾ ਜਾਈਏ, ਜੁੜ ਜਾਈਏ, ਲੀਨ ਹੋ ਜਾਈਏ। ਸਲੋਕ ਰੇਵਣ ਤਾਕੋ ਧਿਆਈਆ ਸਭ ਵਿਧ ਜਾ ਕਾ ਹਾਥ। ਸਾਰੀ ਵਿਧੀ ਵਿਧਾਨ ਦਾ ਜੋ ਦਾਤਾ ਹੈ ਤੇ ਜਿਹਦੇ ਹੱਥ ਸਾਰਾ ਵਿਧੀ ਵਿਧਾਨ ਹੈ, ਉਸੇ ਦੇ ਚ ਧਿਆਨ ਜੋੜਨਾ ਚਾਹੀਦਾ, ਉਸੇ ਦਾ ਚਿੰਤਨ ਕਰਨਾ ਚਾਹੀਦਾ। ਹਾਂਜੀ।